ਕੁਲਵਿੰਦਰ ਸਿੰਘ ਸਤਿ ਸ਼੍ਰੀ ਅਕਾਲ, ਮੈਂ ਅਮਰਜੋਤ ਬੋਲ ਰਿਹਾ। ਮੈਂ ਕੈਨੇਡਾ ਤੋਂ ਤੁਹਾਡੇ ਕੇਸ ਦੇ ਬਾਰੇ ਗੱਲ ਕਰਨੀ ਸੀ ਕਿ ਵੀ ਤੁਹਾਡੇ ਨਾਲ ਜੋ ਕੁਝ ਕੰਮ ਹੋਇਆ ਪਿਛਲੇ 5 ਸਾਲ ਪਹਿਲਾਂ ਕਿ ਕਿਸੇ ਏਜੰਟ ਨੇ ਡਾਕੂਮੈਂਟ ਫਰਜ਼ੀ ਲਾ ਕੇ ਰਿਫਿਊਜ਼ ਕਰਾਇਆ, ਹਾਂਜੀ ਰਿਫਿਊਜ਼ ਹਾਂਜੀ ਨਾ ਕੇਵਲ ਰਿਫਿਊਜ਼ ਕਰਾਇਆ ਬਲਕਿ ਬੈਨ ਵੀ ਲੱਗਿਆ। ਉਹਦੇ ਬਾਰੇ ਦੱਸੋ, ਲੋਕਾਂ ਨੂੰ ਪਤਾ ਲੱਗੇ ਕਿ ਵੀ ਕਿਵੇਂ ਬਚਣਾ ਇਸ ਤਰ੍ਹਾਂ। ਸਰ, ਮੈਂ 2018 ਵਿੱਚ ਕਿਸੇ ਨੇ ਗਾਇਡ ਕੀਤਾ ਸੀ ਤੇ ਮੈਂ ਏਜੰਟ ਦੇ ਫਾਈਲ ਉੱਪਰ ਫੜਾਈ ਉਹਨਾਂ ਨੂੰ ਤੇ ਉਹਨਾਂ ਨੇ ਮੇਰੀ ਫਾਈਲ ਸਬਮਿਟ ਕਰਤੀ ਤੇ ਉਹਨਾਂ ਨੇ ਕਿਹਾ ਵੀ ਪੈਸੇ ਸਾਰੇ ਬਾਅਦ ਚ ਲਊਂਗਾ ਮੈਂ। ਜੀ ਉਹਨਾਂ ਨੇ ਪਹਿਲਾਂ ਕੁਛ ਨਹੀਂ ਲੈਤਾ ਸਰ ਤੇ ਉਸ ਤੋਂ ਬਾਅਦ ਸਰ ਉਹਨਾਂ ਨੇ 2-2.5 ਮਹੀਨੇ ਬਾਅਦ ਤੇ ਮੈਨੂੰ ਕਾਲ ਕੀਤੀ ਵੀ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਤੇ ਉਹਨਾਂ ਨੇ ਬੈਨ ਬਾਰੇ ਕੁਛ ਵੀ ਨਹੀਂ ਦੱਸਿਆ ਸਰ। ਤੇ ਉਹਨਾਂ ਨੂੰ ਮੈਂ ਦੁਬਾਰਾ ਕਿਹਾ ਵੀ ਤੁਸੀਂ ਦੁਬਾਰਾ ਫਾਈਲ ਲਾ ਦਿਓ ਤੇ ਉਹ ਕਹਿੰਦੇ ਨਹੀਂ ਹੁਣ ਨਹੀਂ ਲੱਗਣੀ ਦੁਬਾਰਾ ਫਾਈਲ। ਤੇ ਉਸ ਤੋਂ ਬਾਅਦ ਸਰ ਮੈਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ, ਮੈਂ ਕੈਪਸ ਨੋਟ ਅਪਲਾਈ ਕੀਤਾ, ਕੈਪਸ ਨੋਟ ਵੀ ਸਰ ਆ ਗਿਆ ਸੀ ਮੈਨੂੰ ਫਿਲਹਾਲ, ਫਿਰ ਵੀ ਨਹੀਂ ਪਤਾ ਲੱਗਿਆ ਸੀ ਸਰ। ਤੇ ਉਸ ਤੋਂ ਬਾਅਦ ਮੈਂ ਵਿਜ਼ਟਰ ਵੀਜ਼ਾ ਅਪਲਾਈ ਕਰਨ ਗਿਆ ਚੰਡੀਗੜ੍ਹ ਤੇ ਉੱਥੇ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਬੈਨ ਹੋ ਗਏ। ਮੈਂ ਦੁਬਾਰਾ ਏਜੰਟ ਨਾਲ ਗੱਲ ਕੀਤੀ ਸਰ, ਉਹ ਫਿਲਹਾਲ ਉਹ ਉਦੋਂ ਵੀ ਨਹੀਂ ਮੰਨੇ ਤੇ ਉਹਨਾਂ ਨੇ ਕਾਫੀ ਡਾਕੂਮੈਂਟ ਜਾਲੀ ਲਾਏ ਸੀ, ਸਟੇਟਮੈਂਟ ਐਡਿਟ ਕਰਕੇ ਲਾਏ ਸੀ ਜਿਸ ਕਾਰਨ ਕੁਛ ਵੀ ਨਹੀਂ ਉਸਦਾ ਬਣਦਾ ਸੀ। ਤੇ ਉਸ ਤੋਂ ਬਾਅਦ ਸਰ ਕਾਫੀ ਉਹਨਾਂ ਨਾਲ ਵੀ ਗੱਲ ਕੀਤੀ, ਕੋਈ ਡਾਕੂਮੈਂਟ ਮੰਗੇ, ਉਹਨਾਂ ਨੇ ਕੋਈ ਵੀ ਪਰੂਫ ਨਹੀਂ ਦਿੱਤਾ ਸਰ। ਜੀ 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 ਹਾਂ। ਦੁਬਾਰਾ ਦੁਬਾਰਾ ਏਜੰਟ ਨਾਲ ਫਿਰ ਰਾਬਤਾ ਹੋਇਆ ਕਿ ਨਹੀਂ ਹੈ ਕਿ ਭਾਈ ਏਜੰਟ ਗਾਇਬ ਹੋ ਗਿਆ, ਫਿਰ ਉਹਨਾਂ ਨੇ ਪੱਲਾ ਨਹੀਂ ਪੜਾਇਆ ਕੁਛ? ਨਹੀਂ ਸਰ, ਏਜੰਟ ਨਾਲ ਗੱਲ ਤਾਂ ਹੋਈ ਲੇਕਿਨ ਉਹਨਾਂ ਨੇ ਸਾਨੂੰ ਕੁਛ ਵੀ ਨੀ ਮਤਲਬ ਰਾਹ ਪਾਈ ਗੱਲ, ਨਾ ਉਹਨਾਂ ਨੇ ਕੋਈ ਡਾਕੂਮੈਂਟ ਦਿੱਤਾ ਸਾਨੂੰ, ਨਾ ਹੀ ਉਹਨਾਂ ਨੇ ਕੋਈ, ਉਹ ਇਹ ਵੀ ਨੀ ਮੰਨ ਰਹੇ ਸੀ ਵੀ ਅਸੀਂ ਨੇ ਤੁਹਾਨੂੰ ਬੈਨ ਕਰਵਾਇਆ। ਐਕਚੁਲੀ ਮੈਨੂੰ ਪਤਾ ਸਰ ਥੋੜਾ ਬਾਅਦ ਚ ਪਤਾ ਲੱਗਿਆ, 2018 ਦੇ ਵਿੱਚ ਮੈਂ ਮਈ ਚ ਬੈਨ ਹੋ ਗਿਆ ਸੀ, ਮੈਨੂੰ ਪਤਾ ਲੱਗਿਆ 2020 ਚ। ਜੀ ਜੀ ਇਹਨਾਂ ਨੇ ਮਤਲਬ ਮੇਰੇ ਖਿਆਲ ਹੈ ਕਿ ਸਟੇਟ ਬੈਂਕ ਦੀ ਡਾਕੂਮੈਂਟਸ ਫਰਜ਼ੀ ਬਣਾਈ ਹੈ, ਉਹ ਕਿਸ ਤਰ੍ਹਾਂ ਬਣਾਈ ਹੈ? ਤੁਸੀਂ ਉਹਨਾਂ ਨੂੰ ਕੋਈ ਖਾਲੀ ਸਿੰਪਲ ਪੇਪਰ ਦਿੱਤਾ, ਉਹਨਾਂ ਨੇ ਆਪਣੇ ਆਪ ਟ੍ਰਾਂਜੈਕਸ਼ਨ ਪਾ ਲਿਆ, ਉਹਦੇ ਉਹ ਕੀ ਉਹ ਕਿਸ ਤਰ੍ਹਾਂ ਹੈ, ਮਤਲਬ ਕਿਵੇਂ ਕਿਵੇਂ ਕੀਤਾ ਉਹਨਾਂ ਨੇ, ਫਰਜ਼ੀ ਕਿਸ ਤਰ੍ਹਾਂ ਲਾਇਆ? ਐਕਚੁਲੀ ਸਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਅਸੀਂ ਤੁਹਾਥੋਂ ਜੋ ਵੀ ਪੈਸੇ ਲੈਣੇ ਉਹ ਸਾਰੇ ਬਾਅਦ ਚ ਲੈਣੇ ਜਦੋਂ ਤੁਸੀਂ ਕੈਨੇਡਾ ਪਹੁੰਚ ਗਏ, ਉਸ ਤੋਂ ਬਾਅਦ ਲਾਣੇ ਆ। ਉਹਨਾਂ ਨੇ ਪੈਸੇ ਪਹਿਲਾਂ ਲੈਤੇ ਵੀ ਨੀ ਸੀ, ਉਹਨਾਂ ਆਖਿਆ ਸੀ ਜੇ ਤੁਹਾਡੇ ਅਕਾਊਂਟ ਦੇ ਵਿੱਚ ਬੈਲੈਂਸ ਹੈਗਾ ਤਾਂ ਤੁਸੀਂ ਕਢਵਾ ਲਓ, ਸਾਨੂੰ ਜੀਰੋ ਅਕਾਊਂਟ ਵਾਲਾ ਮਤਲਬ ਦੇ ਦਿਓ, ਤੁਸੀਂ ਸਾਨੂੰ ਸਟੇਟਮੈਂਟ ਦੇ ਦਿਓ। ਤੇ ਉਹਨਾਂ ਨੇ ਫਿਰ ਸਰ ਉਹਦੇ ਵਿੱਚ ਐਡਿਟ ਕਰਕੇ ਕੁਛ ਕਾਫੀ ਪੈਸੇ ਐਡਿਟ ਕਰਕੇ ਉਹਨਾਂ ਨੇ ਲਗਾ ਤੇ ਸੀ ਤੇ ਉਹ ਬਾਅਦ ਚ ਪਤਾ ਲੱਗਿਆ ਕੈਪਸ ਨੋਟ ਤੋਂ ਵੀ ਅੰਬੈਸੀ ਨੇ ਵੀ ਮੇਲ ਭੇਜੀ ਸੀ ਵੀ ਤੁਹਾਡਾ ਇਹ ਜਾਲੀ ਹੈ ਸਾਰਾ ਕੁਛ ਵੀ ਬੈਲੈਂਸ ਤੁਸੀਂ ਐਡਿਟ ਕੀਤਾ ਹੋਇਆ। ਉਹਨਾਂ ਨੇ ਏਜੰਟ ਨੇ ਉਹਨਾਂ ਨੂੰ ਵੀ ਮੇਲ ਆਈ ਸੀ ਪਰ ਉਹਨਾਂ ਨੇ ਕੋਈ ਰਿਪਲਾਈ ਨਹੀਂ ਦਿੱਤਾ ਸਰ, ਤਾਂ ਉਹਨਾਂ ਨੇ ਬੈਨ ਕਰਤਾ ਸੀ। ਜਦ ਅਗਲਾ ਤੁਹਾਨੂੰ ਕਹਿ ਰਿਹਾ ਕਿ ਵੀ ਜ਼ੀਰੋ ਬੈਲੈਂਸ ਕਰਕੇ ਤੁਸੀਂ ਬੈਂਕ ਸਟੇਟਮੈਂਟ ਦੇ ਦਿਓ, ਤੁਹਾਨੂੰ ਸ਼ੱਕ ਨਹੀਂ ਹੁੰਦਾ ਕਿ ਵੀ ਇਹ ਕਰ ਕੀ ਰਹੇ ਆ ਤੁਸੀਂ, ਮਤਲਬ ਉਹਦੇ ਵੱਲ ਤੁਹਾਡਾ ਧਿਆਨ ਗਿਆ ਹੀ ਨਹੀਂ ਕਿ ਵੀ ਪਤਾ ਨਹੀਂ ਸ਼ਾਇਦ ਵੀਜ਼ਾ ਖਰੇ ਲੱਗੀ ਜਾਏ? ਸਰ ਉਹਨਾਂ ਨੇ ਇੱਕ ਨਾ ਸਾਡੇ ਰੈਲੇਟਿਵ ਸੀ, ਉਹਨਾਂ ਦੇ ਅੱਗੇ ਦੇ ਅੱਗੇ ਕਿਸੇ ਦਾ ਵੀਜ਼ਾ ਲਗਵਾਇਆ ਸੀ ਇਸੇ ਤਰ੍ਹਾਂ, ਉਹਨਾਂ ਦੇ ਅੱਗੇ ਦੇ ਅੱਗੇ ਸਾਨੂੰ ਪਤਾ ਲੱਗਾ ਸੀ, ਉਹਨਾਂ ਦਾ ਵੀ ਇੱਦਾਂ ਕਰਿਆ ਸੀ, ਬਸ ਉਦੋਂ ਵਿਸ਼ਵਾਸ ਹੀ ਨਹੀਂ ਸੀ ਸਰ, ਉਦੋਂ ਇੰਨਾ ਨਹੀਂ ਪਤਾ ਸੀ, ਨੌਲੇਜ ਨਹੀਂ ਸੀ। ਕੱਲ੍ਹ ਹੀ ਮੇਰੇ ਕੋਲ ਇੱਕ ਦੂਸਰਾ ਕਲਾਇੰਟ ਇਸ ਤਰ੍ਹਾਂ ਕਾਲ ਕਰਦੇ ਸੀ, ਇੱਥੇ ਪਹੁੰਚ ਗਏ ਉਹ ਕੈਨੇਡਾ, ਲੇਕਿਨ ਉਹ ਜੋਬ ਵੀ ਔਫਰ ਉਹਨੂੰ ਮਿਲ ਗਈ ਹੈ, ਲੇਕਿਨ ਅੱਜ ਪਤਾ ਲੱਗਿਆ ਕਿ ਕਿਸੇ ਦੂਸਰੇ ਕੰਸਲਟੈਂਟ ਨੇ GCMS ਨੋਟ ਕਢਵਾ ਕੇ ਉਹਨੂੰ ਦੱਸਿਆ ਕਿ ਵੀ ਤੈਨੂੰ ਤਾਂ ਸ਼ੋਅ ਕੀਤਾ ਹੈ ਤੇਰੇ ਕੋਲ ਤਾਂ MSc ਹੈ, MA ਹੈ, ਪੋਸਟ ਗ੍ਰੈਜੂਏਟ ਡਿਗਰੀਆਂ, ਜਦਕਿ ਉਹ ਕਰਦਾ ਖੇਤੀ। ਹੁਣ ਪ੍ਰੋਬਲਮ ਹੈ ਕਿ ਉੱਥੋਂ ਤਾਂ ਵੀਜ਼ਾ ਮਿਲ ਗਿਆ, ਪਤਾ ਨਹੀਂ ਕਿਸ ਤਰ੍ਹਾਂ ਮਿਲ ਗਿਆ, ਵੀਜ਼ਾ ਅਫਸਰ ਕਰਦੇ ਕੀ ਹੈ, ਕਈ ਵਾਰ ਉਹ ਸਲਿਪ ਕਰ ਜਾਂਦਾ ਕੰਮ, ਉਹਨਾਂ ਦੇ ਇੰਸਪੈਕਸ਼ਨ ਨਹੀਂ ਹੁੰਦਾ ਕਈ ਵਾਰ, ਲੇਕਿਨ ਮੁੜ ਕੇ ਅਗਰ ਕੋਈ ਫਰਜ਼ੀ ਡਾਕੂਮੈਂਟ 'ਤੇ ਆ ਵੀ ਗਿਆ ਕੈਨੇਡਾ ਤਾਂ ਉਹ ਅਗਾਂਹ ਨੂੰ ਉਹ PR ਥੋੜੀ ਹੋ ਸਕਦਾ, PR ਵਰਕ ਪਰਮਿਟ 'ਤੇ ਫਿਰ ਪ੍ਰੋਬਲਮ ਫਿਰ ਉੱਧਰ ਆਏਗੀ। ਅਤੇ ਚਲੋ ਤੁਸੀਂ ਵੀ ਬਚ ਗਏ ਐਨੀਵੇ, ਜੋ ਵੀ ਕੁਛ ਹੋ ਗਿਆ 5 ਸਾਲ ਦਾ ਬਚ ਗਏ। ਫਿਰ ਇਹ ਜਿਹੜਾ ਬੈਨ ਤੁਹਾਨੂੰ ਪਤਾ ਲੱਗਿਆ ਅਤੇ ਫਿਰ ਤੁਸੀਂ ਦੂਸਰੇ ਕੰਸਲਟੈਂਟ ਉਹਨਾਂ ਕੋਲ ਗਏ ਅਤੇ ਉਹਨਾਂ ਨੇ ਕੀ ਕਿਹਾ ਕਿ ਵੀ ਹੁਣ ਤਾਂ ਬੈਨ ਖਤਮ ਹੋ ਗਿਆ, ਹੁਣ ਵੀਜ਼ਾ ਮਿਲ ਸਕਦਾ ਕਿ ਨਹੀਂ, ਇਹ ਕਿੱਦਾਂ ਹੋਏਗਾ ਹੁਣ? ਨਹੀਂ ਸਰ ਉਹਨਾਂ ਕੋਲ ਵੀ ਗਏ, ਉਹਨਾਂ ਨੇ ਕੋਈ ਮਤਲਬ ਨਹੀਂ ਗੱਲ ਕੀਤੀ, ਉਹ ਮਤਲਬ ਉਹਨਾਂ ਨੇ ਸਰ ਕੁਛ ਵੀ ਨੀ ਕੋਈ ਸਾਨੂੰ ਹੱਲ ਦੱਸਿਆ ਨੀ ਹੈਗਾ। ਫਿਲਹਾਲ ਅਸੀਂ ਕਾਫੀ ਕੋਲ ਏਜੰਟ ਕੋਲ ਗਏ, ਉਹ ਕੋਈ ਕਹਿ ਰਿਹਾ ਕਿ ਤੁਸੀਂ ਉਹਨਾਂ ਤੇ ਕੇਸ ਕਰ ਦੋ, ਦੁਬਾਰਾ GST ਫਾਈਲ ਲੈ ਲਓ,
ਉਦੋਂ ਸਰ ਮੇਰਾ ਥੋੜਾ ਵੈਰ ਰਹਿੰਦਾ ਸੀ 6 ਮਹੀਨੇ ਦਾ ਸਰ। ਅੱਛਾ, ਠੀਕ ਹੈ ਹਾਂਜੀ ਠੀਕ ਹਾਂਜੀ ਹੈ, ਚਲੋ ਕੋਈ ਚੱਕਰ ਨਹੀਂ। ਇਹ ਤਾਂ ਬੜਾ ਮਤਲਬ ਕਿ ਟੇਢਾ ਕੇਸ ਹੈ, ਕਿਉਂਕਿ ਬੈਂਕ ਸਟੇਟਮੈਂਟ ਅਗਰ ਫਰਜ਼ੀ ਹੈ ਤਾਂ ਇਸ ਐਪਲੀਕੇਸ਼ਨ ਵਿੱਚ ਉਹਨਾਂ ਨੂੰ ਥੋੜ੍ਹਾ ਵੀਜ਼ਾ ਅਫਸਰ ਨੂੰ ਥੋੜ੍ਹਾ ਸਮਝਾਉਣਾ ਬੜਾ ਮੁਸ਼ਕਲ ਹੋ ਗਿਆ ਕਿ ਵੀ ਪਹਿਲਾਂ ਤਾਂ ਸਾਡੇ ਕੋਲ ਜਿਹੜਾ ਨਕਲੀ ਬੈਂਕ ਸਟੇਟਮੈਂਟ ਹੈ, ਹੁਣ ਅਸਲੀ ਆ, ਹੁਣ ਅਸਲੀ ਚੈੱਕ ਕਰ ਲਓ। ਅਤੇ ਮੈਨੂੰ ਤਾਂ ਮਤਲਬ ਇਹ ਨਰਵਸਨੈਸ ਲੱਗਦੀ ਸੀ, ਪਤਾ ਨਹੀਂ ਹੁਣ ਵੀ ਉਹਨਾਂ ਨੇ ਚੈੱਕ ਕਰਨਾ ਨਹੀਂ ਕਰਨਾ, ਪਰ ਉਹਨਾਂ ਕੋਲ ਤਰੀਕੇ ਆਪਣੇ ਚੈੱਕ ਕਰਨ ਦੇ। ਪਰ ਦੂਸਰਾ, ਤੁਹਾਡੀ ਵਾਈਫ ਬੜੀ ਕਾਫੀ ਹੁਸ਼ਿਆਰ ਹੈ, ਕਾਫੀ ਪੜ੍ਹੀ ਲਿਖੀ ਹੈ ਅਤੇ ਪ੍ਰੋਫੈਸ਼ਨਲ ਉੱਦਾਂ ਜੋਬ ਜੂਬ ਕਰਦੀ ਹੈ, ਉਹਦੇ ਨਾਲ ਵੀ ਬਹੁਤ ਬਹੁਤ ਇੱਕ ਕ੍ਰੈਡਿਟ ਮਿਲਦਾ ਤੁਹਾਡੀ ਐਪਲੀਕੇਸ਼ਨ ਨੂੰ। ਸੋ ਹਾਂਜੀ ਹਾਂਜੀ ਸਰ, ਜਲਦੀ ਜੋਬ ਆ ਗਈ, ਜੋਬ ਤੱਕ ਵਧੀਆ ਜੋਬ ਆ ਵਾਈਫ ਦੀ, ਹੋਇਆ ਉਧਰੋਂ ਵੀ ਕਾਫੀ ਸਟਰੋਂਗ ਹੈ। ਨਹੀਂ ਨਹੀਂ ਉਹ ਤੇ ਕਾਫੀ ਸਟਰੋਂਗ ਹੈ, ਉਹ ਤੇ ਪੱਕੀ ਹੈ, ਪੀਆਰ ਬਣੇਗੀ, ਉਹ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਪੀਆਰ ਬਣਨੇ। ਤੇ ਆਪਣਾ ਯੂ ਆਰ ਲੱਕੀ ਕਿ ਤੁਹਾਡੇ ਪਾਰਟਨਰ ਇਸ ਤਰ੍ਹਾਂ ਸਟਰੋਂਗ ਹੈ। ਤੇ ਚਲੋ ਕੋਈ ਗੱਲ ਨਹੀਂ, ਥੈਂਕ ਯੂ ਵੈਰੀ ਮੱਚ। ਤੁਸੀਂ ਵੀਜ਼ਾ ਇਸ਼ੂ ਅਪਰੂਵਲ ਹੋ ਗਈ ਹੈ ਕੱਲ 2 ਦਿਨ ਪਹਿਲਾਂ, ਅਤੇ ਪਾਸਪੋਰਟ 'ਤੇ ਜਮ੍ਹਾਂ ਕਰੋਗੇ 10-15 ਦਿਨ ਤੱਕ ਪਾਸਪੋਰਟ, ਤੁਹਾਨੂੰ ਵੀਜ਼ਾ ਵੀ ਲੱਗ ਜਾਣਾ, ਉਹਦੇ ਬਾਅਦ ਤੁਸੀਂ ਆ ਜਾਓ, ਤੁਹਾਡੇ ਲਈ ਕੈਨੇਡਾ ਵੇਟ ਕਰਦਾ, ਤੁਸੀਂ ਆਓ, ਯੂ ਆਰ ਗੁੱਡ ਟੂ ਗੋ। ਅਤੇ ਬਾਕੀ ਹੋਰ ਕੋਈ ਜਿਹੜੇ ਲੋਕ ਜਿਹੜੇ ਪੰਜਾਬ 'ਚ ਇਸ ਵਕਤ ਬੈਠੇ ਆ, ਜਿਹੜੇ ਸੋਚ ਰਹੇ ਹੈ ਫਲਾਨੇ ਏਜੰਟ ਕੇ ਪਾਸ ਜਾਓ, ਜਿਹੜਾ ਔਖਾ ਸੁੱਖਾ ਕੰਮ ਕਰ ਲਓ ਜੀ, 25 ਲੱਖ ਦੇ ਦੇਣਾ, ਵੀਜ਼ਾ ਲੱਗ ਗਿਆ, ਨਹੀਂ ਤਾਂ ਕੁਛ ਨਹੀਂ ਦੇਣਾ, ਉਹਨਾਂ ਲਈ ਤੁਹਾਡੇ ਕੋਈ ਮੈਸੇਜ ਹੈ, ਕੋਈ ਸੁਨੇਹਾ ਹੈ ਉਹਨਾਂ ਨੂੰ, ਦਿਓ ਜਰਾ ਕੋਈ ਮੈਸੇਜ। ਸਰ ਮੈਸੇਜ ਬਸ ਇਹੀ ਹੈ, ਮੈਸੇਜ ਜੋ ਵੀ ਤੁਸੀਂ ਕਿਸੇ ਨਾਲ ਵੀ ਗੱਲ ਕਰਨੀ ਵਿਦ ਪ੍ਰੂਫਾਂ ਨਾਲ ਕਰੋ, ਕਿਸੇ ਤੇ ਕੁਛ ਵੀ ਜੋ ਤੁਹਾਨੂੰ ਕਿਤੇ ਵੀ ਲੱਗਦਾ ਗਾ ਵੀ ਕੋਈ ਤੁਹਾਨੂੰ ਡਾਊਟ ਲੱਗਦਾ ਤਾਂ ਕਲੀਅਰ ਕਰੋ ਜੀ। ਜੀ ਨਹੀਂ, ਕਲੀਅਰ ਤਾਂ ਉਹਨਾਂ ਨੇ ਕਰਨਾ ਹੀ ਨਹੀਂ ਹੈ, ਕਰਨਾ ਤਾਂ ਮਤਲਬ ਜੇ ਅਗਲਾ ਦੇਖ ਲੈਂਦਾ ਕਿ ਡੈਸਪਰੇਟ ਉਹ ਫਰਸਟ੍ਰੇਟਡ ਬੰਦਾ ਆ ਰਿਹਾ, ਉਦਾਸ ਹੈ ਕਿ ਵੀ ਇਹਨੂੰ ਕਿਸੇ ਨਾ ਕਿਸੇ ਮਤਲਬ ਕਿ ਟੈਨਸ਼ਨ 'ਚ ਹੈ ਕਿ ਵੀਜ਼ਾ ਕਿਸੇ ਕੀਮਤ 'ਚ ਮਿਲ ਜਾਏ, ਅਤੇ ਫਿਰ ਉਹਨਾਂ ਨੇ ਤੁਹਾਨੂੰ ਕਿਹੜਾ ਡਾਕੂਮੈਂਟ ਦਿਖਾਉਣਾ। ਪਰ ਇਹਦੇ ਬਾਰੇ ਦੇਖੋ, ਸਰਕਾਰ ਵੀ, ਕੈਨੇਡੀਅਨ ਸਰਕਾਰ ਵੀ ਕਾਫੀ ਚਿਰਾਂ ਤੋਂ ਕਹਿ ਰਹੀ ਹੈ ਕਿ ਵੀ ਜਦ ਵੀ ਤੁਸੀਂ ਕਿਸੇ ਏਜੰਟ ਕੋਲ ਜਾਓ, ਪਹਿਲੀ ਗੱਲ ਤਾਂ ਉਹਨੂੰ ਪੁੱਛੋ ਕਿ ਭਾਅ ਜੀ ਤੁਹਾਡੇ ਕੋਲ ਕੋਈ ਲਾਇਸੈਂਸ ਹੈ ਆਪਣਾ ਕਿ ਨਹੀਂ। ਲਾਇਸੈਂਸ ਅਗਰ ਕੋਈ ਇਮੀਗ੍ਰੇਸ਼ਨ ਦਾ ਲਾਇਸੈਂਸ ਹੈ, ਸਪੈਸ਼ਲੀ ਜਿਹੜਾ ਕੈਨੇਡਾ ਤੋਂ ਇਸ਼ੂ ਹੋਇਆ, ਉਹਦੀ ਕਾਪੀ ਕੂਪੀ ਦਿਖਾ ਦਿਓ, ਕੁਛ ਪਤਾ ਲੱਗ ਜਾਏਗਾ ਕਿ ਵੀ ਹਾਂ ਵੀ ਤੁਸੀਂ ਉਸ ਚੀਜ਼ ਨੂੰ ਆਥੋਰਾਈਜ਼ ਹੋ ਕੇ ਨਹੀਂ ਹੈ। ਦੂਸਰੀ ਗਲਤੀ ਇੱਕ ਹੋਰ ਹੈ, ਦੇਖੋ ਉਹਨਾਂ ਨੂੰ ਇੱਕ ਚਿੱਠੀ ਆਈ ਸੀ ਕਿ ਵੀ ਉਹਦਾ ਬੈਂਕ ਸਟੇਟਮੈਂਟ ਡਿਸਕ੍ਰਾਈਬ ਕਰੋ, ਉਹ ਚਿੱਠੀ ਉਹਨਾਂ ਨੇ ਆਪ ਹੀ ਦੱਬ ਲਈ, ਉਹਨਾਂ ਨੇ ਤੁਹਾਨੂੰ ਚਿੱਠੀ ਦਿਖਾਈ ਵੀ ਨਹੀਂ। ਸਰ ਉਹ ਮਤਲਬ ਉਹਨਾਂ ਨੇ ਆਈ ਸੀ, ਉਹਨਾਂ ਕੋਲ ਚਿੱਠੀ ਆਈ ਸੀ, 15 ਦਿਨ ਦਾ ਟਾਈਮ ਵੀ ਦਿੱਤਾ ਸੀ ਅੰਬੈਸੀ ਨੇ ਵੀ ਸਾਨੂੰ ਜਵਾਬ ਦਿਓ, ਤੇ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਸਰ, ਤਾਂ ਉਸ ਤੋਂ ਬਾਅਦ ਉਹਨਾਂ ਨੇ ਬੈਨ ਕੀਤਾ। ਦੈਟਸ ਰਾਈਟ। ਤੇ ਇਹ ਲੋਕ ਜਿਹੜੇ ਅਨਆਥੋਰਾਈਜ਼ਡ ਹੈ, ਜਿਹੜੇ ਇਲੀਗਲ ਟਰੈਵਲ ਏਜੰਟ ਹੈ, ਉਹੀ ਕਰ ਸਕਦੇ ਹੈ। ਬਾਕੀ ਜਿਹੜਾ ਲਾਇਸੈਂਸ ਸ਼ੁਦਾ ਕੋਈ ਇੱਥੇ ਦਾ ਕੈਨੇਡਾ ਦਾ ਕੋਈ ਅਗਰ ਹੈ, ਜਿਹਨਾਂ ਤੋਂ ਲਾਇਸੈਂਸ ਤੋਂ ਕੰਮ ਕਰਾਓਗੇ, ਤਾਂ ਉਹ ਤਾਂ ਨਹੀਂ ਕਰ ਸਕਦਾ ਇਸ ਤਰ੍ਹਾਂ। ਚਿੱਠੀ ਆਈ ਹੈ ਅਤੇ ਚਿੱਠੀ ਦਾ ਜਵਾਬ ਦੇਣਾ ਕਲਾਇੰਟ ਨੂੰ ਦੱਸਣਾ ਜ਼ਰੂਰੀ ਹੈ ਕਿ ਵੀ ਆਹ ਚਿੱਠੀ ਆਈ ਹੈ ਜੀ, ਆਹ ਜਵਾਬ ਦੇਣਾ ਸਮਥਿੰਗ। ਅਤੇ ਉਸ ਕਰਕੇ ਇਟ ਇਜ਼ ਰਿਲਾਇਬਲ ਕਿ ਵੀ ਤੁਸੀਂ ਆਪਣੀ ਕੈਨੇਡਾ ਦੇ ਕਿਸੇ ਵੀ ਮਤਲਬ ਦੇ ਆਰ ਮੋਰ ਦੈਨ 10,000 ਇਮੀਗ੍ਰੇਸ਼ਨ ਕੰਸਲਟੈਂਟਸ ਕੈਨੇਡਾ ਵਿੱਚ ਜਿਹੜੇ ਲਾਇਸੈਂਸ ਹੋ ਕੇ ਕੰਮ ਕਰ ਰਹੇ ਹੈ, ਕਿਸੇ ਤੋਂ ਵੀ ਕੰਮ ਕਰਾਓ। ਲੇਕਿਨ ਤੁਹਾਡੀ ਜਦ ਤੱਕ ਆਪਣੀ ਤਿਆਰੀ, ਆਪਣੀ ਜਾਗਰੂਕਤਾ, ਆਪਣੀ ਤੁਹਾਡੀ ਜਿਹੜੀ ਹੁਸ਼ਿਆਰੀ ਨਹੀਂ ਹੈ, ਜਦ ਤੱਕ ਤੁਸੀਂ ਧੋਖਾ ਖਾ ਜਾਓਗੇ। ਦਿਸ ਹੈਪਨਸ ਆਲ ਓਵਰ, ਮਤਲਬ ਈਵਨ ਇਨ ਕੈਨੇਡਾ ਕਈ ਵਾਰ ਲੋਕ ਇਸ ਤਰ੍ਹਾਂ ਦਾ ਸਬਜ਼ ਬਗ ਦਿਖਾ ਕੇ ਜੀ ਹੋ ਗਿਆ ਹੋ ਜਾਏਗਾ ਕਰਕੇ, ਫਿਰ ਅਗਲੇ ਨੂੰ ਹੁੰਦਾ ਕਿ ਪਤਾ ਨਹੀਂ ਸ਼ਾਇਦ ਕਰੇ ਹੋ ਹੀ ਜਾਏ, ਹੁੰਦਾ ਕੁਛ ਹੈ ਨਹੀਂ ਤਾਂ ਕੰਮ ਉਲਟ ਖਰਾਬ ਹੀ ਹੋ ਜਾਂਦਾ। ਪਰ ਚੈਨੀ ਵੇ, ਥੈਂਕ ਯੂ ਵੈਰੀ ਮੱਚ, ਤੁਹਾਡੇ ਦੁੱਖ ਦੇ ਦਿਨ ਖਤਮ ਹੋ ਗਏ। ਸੋ ਐਵਰੀਥਿੰਗ ਇਜ਼ ਗੁੱਡ ਟੂ ਗੋ, ਆਈ ਵਿਲ ਸੀ ਯੂ ਸਮਟਾਈਮਸ, ਕ੍ਰਿਸਮਸ ਤੋਂ ਪਹਿਲਾਂ ਤੁਸੀਂ ਕੈਨੇਡਾ ਹੋ ਗਏ। ਹਾਂਜੀ, ਥੈਂਕ ਯੂ ਸਰ, ਥੈਂਕ ਯੂ ਬਹੁਤ ਬਹੁਤ ਤੁਹਾਡਾ, ਥੈਂਕ ਯੂ ਸਰ, ਟੇਕ ਕੇਅਰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਰ।